ਅਰੇਡੀ ਭਾਰਤ ਵਿੱਚ ਜੈਸਵਿੰਨ ਐਲਡਰਨ ਦਾ ਜਨਮ 14 ਦਸੰਬਰ 2001 ਨੂੰ ਤਾਮਿਲਨਾਡੂ ਦੇ ਸ਼ਹਿਰ ਮੁਦਲੂਰ ਵਿਖੇ ਹੋਇਆ ਜਿਸ ਨੇ ਪਿਛਲੇ ਦਿਨੀ 2 ਮਾਰਚ 2023 ਨੂੰ ਦੂਜੀ ਭਾਰਤੀ ਓਪਨ ਜੰਪ ਚੈਂਪੀਅਨਸ਼ਿਪ ਵਿੱਚ 8.42 ਮੀਟਰ ਲੰਬੀ ਛਾਲ ਲਗਾ ਕੇ ਵਿਸ਼ਵ ਪੱਧਰ ਉੱਤੇ ਹਲਚਲ ਮਚਾ ਦਿੱਤੀ ਡੰਡੀ ਜੈਸਵਿਨ ਮਸਾ ਕੋ 21 ਭਰਿਆਂ ਦਾ ਨੌਜਵਾਨ ਐਥਲੀਟ ਆਪਣਾ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਿਹਾ ਡੰਡੀ ਪਿਛਲੇ ਸਮੇਂ ਵਿੱਚ ਜੈਸਵਿਨ ਨੇ 8.26 ਮੀਟਰ ਲੰਬੀ ਛਾਲ ਲਗਾ ਕੇ ਵਧੀਆ ਪ੍ਰਦਰਸ਼ਨ ਕੀਤਾ ਸੀ ਜਦੋਂ ਕੇ ਭਾਰਤ ਦਾ ਸਭ ਤੋਂ ਵਧੀਆ ਲੰਬੀ ਛਾਲ ਦਾ ਐਥਲੀਟ ਹੋਣ ਦਾ ਖਿਤਾਬ ਮੁਰਲੀ ਸ਼੍ਰੀ ਸ਼ੰਕਰ ਨੂੰ ਜਾਂਦਾ ਸੀ ਜਿਸ ਨੇ 8.36 ਮੀਟਰ ਲੰਬੀ ਛਾਲ ਲਗਾ ਕੇ ਕੌਮੀ ਰਿਕਾਰਡ ਆਪਣੇ ਨਾਂ ਕੀਤਾ ਸੀ ਡੰਡੀ ਉਸ ਦੇ ਕੌਮੀ ਰਿਕਾਰਡ ਨੂੰ ਤੋੜ ਦਿਆਂ 8.42 ਮੀਟਰ ਲੰਬੀ ਛਾਲ ਲਗਾ ਕੇ ਜੈਸਵਿੰਨ ਨੇ ਇਹ ਰਿਕਾਰਡ ਆਪਣੇ ਨਾਂ ਕੀਤਾ ਡੰਡੀ ਜੇਕਰ ਸੰਸਾਰ ਪੱਧਰ ਦੇ ਮੁਕਾਬਲਿਆਂ ਉੱਤੇ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਛਾਲ ਸੰਸਾਰ ਪੱਧਰ ਉੱਤੇ ਤਗਵੇਂ ਪ੍ਰਾਪਤ ਕਰਨ ਦੇ ਯੋਗ ਹੈ ਡੰਡੀ ਵਿਸ਼ੇ ਪੱਧਰ ਉੱਤੇ 2022 ਦੀ ਲੰਬੀ ਛਾਲ ਦੀ ਰੈਂਕਿੰਗ ਪ੍ਰਾਪਤ ਕਰਨ ਵਾਲਿਆਂ ਵਿੱਚ ਸਭ ਤੋਂ ਪਹਿਲਾ ਸਥਾਨ ਜੁਨਾਨ ਗ੍ਰੀਸ ਦੇ ਐਥਲੀਟ ਦਾ ਆਉਂਦਾ ਹੈ ਜਿਸ ਨੇ 8.52 ਮੀਟਰ ਛਾਲ ਲਗਾਈ ਹੈ ਡੰਡੀ ਦੂਜਾ ਸਥਾਨ ਸਵਿਟਜ਼ਰਲੈਂਡ ਦੇ ਐਥਲੀਟ ਨੂੰ ਪ੍ਰਾਪਤ ਹੈ ਜਿਸ ਨੇ अठ पॉइंट मीटर छाल लगाई सी डंडी भारतीय अथलीट मुरली श्री शंकर ने अठ पॉइंट मीटर छाल रेडी लगा के तीजा स्थान प्राप्त सी डंडी ਮੌਜੂਦਾ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਜੈਸਵਿੰਨ ਨੇ 8.42 ਮੀਟਰ ਛਾਲ ਲਗਾ ਕੇ ਪਹਿਲੇ ਤਿੰਨ ਸਥਾਨਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਡੰਡੀ ਇਸ ਤੋਂ ਇਲਾਵਾ ਜੇਕਰ ਟੋਕੀਓ 올림픽 2020 ਦੇ ਤਗਮਾ ਪ੍ਰਾਪਤ ਕਰਨ ਵਾਲੇ ਜੇਤੂਆਂ ਦੀ ਗੱਲ ਕੀਤੀ ਜਾਵੇ ਜੁਨਾਨ ਗ੍ਰੀਸ ਨੇ 8.41 ਮੀਟਰ ਲੰਬੀ ਛਾਲ ਲਗਾ ਕੇ ਸੋਨ ਤਗਮਾ ਪ੍ਰਾਪਤ ਕੀਤਾ ਸੀ ਡੰਡੀ ਕਿਊਬਾ ਦੇ ਐਥਲੀਟ ਨੇ ਵੀ 8.41 ਮੀਟਰ ਨਾਲ ਚਾਂਦੀ ਅਤੇ ਕਿਊਬਾ ਦਾ ਹੀ ਐਥਲੀਟ ਮਾਸੋ 8.21 ਮੀਟਰ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਸੀ ਡੰਡੀ ਜੈਸਮਿਨ ਐਲਡਰਨ ਦਾ ਪ੍ਰਦਰਸ਼ਨ ਭਾਵੇਂ ਕਾਬਲੇ ਤਾਰੀਫ ਹੈ ਪਰ ਉਸ ਨੂੰ ਬਰਕਰਾਰ ਰੱਖਣਾ ਇੱਕ ਚੁਣੌਤੀ ਮੰਨਿਆ ਜਾ ਸਕਦਾ ਹੈ ਡੰਡੀ ਜੇਕਰ ਪਿਛਲੇ ਸਮੇਂ ਦੇ ਅੰਕੜਿਆਂ ਨੂੰ ਖੋਖਿਆ ਜਾਵੇ ਤਾਂ ਬਹੁਤੇ ਐਥਲੀਟ ਕੌਮੀ ਪੱਧਰ ਉੱਤੇ ਚੰਗਾ ਪ੍ਰਦਰਸ਼ਨ ਕਰਨ ਦੇ ਬਾਅਦ ਯੂਨਤ ਅੰਤਰਰਾਸ਼ਟਰੀ ਪੱਦਰ ਉੱਤੇ ਉਸ ਪ੍ਰਦਰਸ਼ਨ ਨੂੰ ਦੁਹਰਾ ਕੇ ਤਗਮਾ ਪ੍ਰਾਪਤ ਕਰਨ ਤੋਂ ਬਾਅਦ ਇਹ ਰਹੇ ਹਨ ਡੰਡੀ ਖੇਡ ਮਾਹਿਰਾਂ ਅਨੁਸਾਰ ਬੁਲੰਦੀਆਂ ਉੱਤੇ ਪਹੁੰਚੇ ਐਥਲੀਟ ਲਈ ਤਕਨੀਕੀ ਪੱਖਾ ਤੇ ਮੌਸਮ ਪੱਖ ਦਾ ਧਿਆਨ ਰੱਖਦੇ ਹੋਏ ਵਿਦੇਸ਼ਾਂ ਵਿੱਚ ਵੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ ਡੰਡੀ ਸਰਕਾਰ ਦੇ ਸਹਿਯੋਗ ਅਤੇ ਦੇਸ਼ਵਾਸੀਆਂ ਦੀਆਂ ਦੁਆਵਾਂ ਸਦਕਾ ਜੈਸਵਿੰਦ ਦਾ ਪ੍ਰਦਰਸ਼ਨ ਬਰਕਰਾਰ ਰਹੇਗਾ ਡੰਡੀ ਉਸਨੇ ਆਪਣੇ ਇਸ ਬਿਹਤਰੀਨ ਪ੍ਰਦਰਸ਼ਨ ਨਾਲ ਏਸ਼ੀਆ ਅਤੇ 올림픽 ਖੇਡਾਂ ਲਈ